ਸਤਿ ਸ਼੍ਰੀ ਅਕਾਲ ਕਿਸਾਨ ਸਾਥੀਓ ਮੈਂ ਹਾਂ ਤੁਹਾਡਾ ਆਪਣਾ ਡਾਕਟਰ ਕੁਲਦੀਪ ਸਿੰਘ ਸ਼ੇਰਗਿੱਲ ਮਰਖਾਈ ਦੋਸਤੋ ਇਸ ਸਮੇਂ ਤੁਹਾਨੂੰ ਮੈਂ ਦਿਖਾ ਰਿਹਾ ਕਿ ਝੋਨੇ ਦੇ ਮਿੱਤਰ ਕੀੜੇ ਦੋਸਤੋ ਸਾਡੇ ਝੋਨੇ ਦੇ ਵਿੱਚ ਬਰਾਊਨ ਪਲਾਂਟ ਹੌਪਰ ਜਿਹੜਾ ਹੈਗਾ ਉਹਦੀ ਸਮੱਸਿਆ ਦਿਨੋਂ-ਦਿਨ ਵੱਧ ਰਹੀ ਹੈ ਮੈਂ ਅਕਸਰ ਕਹਿਣਾ ਹੁੰਦਾ ਕਿ ਅਸੀਂ ਸਿੰਥੈਟਿਕ ਜ਼ਹਿਰਾਂ ਪਾ ਪਾ ਕੇ ਦੋਸਤ ਕੀੜੇ ਮਾਰ ਦਿੰਨੇ ਆ ਤਾਂ ਇਹ ਵੀ ਇੱਕ ਪਲਾਂਟ ਬੱਗ ਹੈ ਜਿਹੜੇ ਕਿ ਸਾਡੀ ਦੋਸਤ ਹੈ ਠੀਕ ਹੈ ਕਿ ਥੋੜਾ ਬਹੁਤ ਪਲਾਂਟ ਦੇ ਜਿਹੜੇ ਪੱਤੇ ਵੀ ਖਾਂਦੀ ਹੈ ਪਰੰਤੂ ਮੁੱਖ ਤੌਰ ਤੇ ਇਹ ਜਿਹੜਾ ਸਾਡਾ ਬਰਾਊਨ ਪਲਾਂਟ ਹੌਪਰ ਹੈਗਾ ਉਹਦੇ ਆਂਡੇ ਉਹਦੇ ਬੱਚੇ ਉਹਨਾਂ ਤੇ ਸਭ ਦੇ ਉੱਪਰ ਇਹ ਪਾਰਟੀ ਕਰਦੀ ਹੈ ਪਾਰਟੀ ਕਿਸ ਤਰ੍ਹਾਂ ਕਰਦੀ ਹੈ ਸਭ ਤੋਂ ਪਹਿਲਾਂ ਤੁਸੀਂ ਜਾਣਦੇ ਹੋ ਕਿ ਬਰਾਊਨ ਪਲਾਂਟ ਹੌਪਰ ਜਿਹੜਾ ਹੈਗਾ ਜਿਹਨੂੰ ਤੇਲਾ ਕਹਿੰਨੇ ਹੋ ਜਾਂ ਹੌਪਰ ਕਹਿੰਨੇ ਹੋ ਚੋਣੇ ਦਾ ਉਹ ਜਿਹੜਾ ਹੈਗਾ ਤਣੇ ਦੇ ਟਿਸ਼ੂ ਦੇ ਵਿੱਚ ਆਪਦਾ ਅੰਡਾ ਦਿੰਦਾ ਹੈ ਇਹ ਤੁਰਕੇ ਜਿਸ ਤਰ੍ਹਾਂ ਇੱਥੇ ਲੱਭ ਰਿਹਾ ਦੇਖੋ ਕਿ ਉਹਦਾ ਅੰਡਾ ਲੱਭਿਆ ਇਹਨੂੰ ਅੰਡਾ ਲੱਗ ਗਿਆ ਐਸ ਆਂਡੇ ਦੇ ਵਿੱਚ ਇਹਨੇ ਆਪਦੇ ਮਾਉਥ ਪਾਰਟ ਪਾਏ ਤੇ ਮਾਉਥ ਪਾਰਟ ਪਾ ਕੇ ਉਹਦੇ ਵਿੱਚ ਜਿੰਨਾ ਜੂਸ ਹੈ ਸਾਰੇ ਦਾ ਸਾਰਾ ਖਿੱਚ ਕੇ ਤੇ ਆਪਦੀ એનર્ਜੀ ਗ੍ਰੈਨ ਕਰ ਲਈ ਇਸ ਤਰੀਕੇ ਨਾਲ ਲੱਭ ਲੱਭ ਕੇ ਲੱਭ ਲੱਭ ਕੇ ਜਿਹੜਾ ਹੈਗਾ ਸਾਰੇ ਆਂਡੇ ਜਿਹੜੇ ਹੈਗੇ ਆ ਉਹਦੇ ਖਰਾਬ ਕਰ ਦਿੰਦਾ ਪੂਰੇ ਭਾਰਤ ਵਰਸ਼ ਵਿੱਚ ਪਾਇਆ ਜਾਂਦਾ ਇਹਦੇ ਜਿਹੜੇ ਬਾਡੀ ਹੈਗੀ ਹੈ ਉਹ ਜਿਹੜੀ ਹੈਗੀ ਹੈ ਓਵਲ ਸ਼ੇਪ ਦੀ ਹੁੰਦੀ ਹੈ ਲਾਈਟ ਗ੍ਰੀਨ ਕਲਰ ਦਾ ਹੁੰਦਾ ਤੇ ਇਹਦੇ ਖੰਭਾਂ ਦੇ ਉੱਪਰ ਤੇਥਰੌਕਸ ਦੇ ਉੱਪਰ ਕੁਝ ਸਪੋਰਟਸ ਹੁੰਦੇ ਆ ਲੱਤਾਂ ਵੀ ਇਹਦੀਆਂ ਹਰੀਆਂ ਹੁੰਦੀਆਂ 10 ਤੋਂ ਵੀ ਇਹ ਆਂਡੇ ਦਿੰਦਾ ਤੇ ਇਹਦਾ ਨਿੰਫ ਤੇ ਇਹੇ ਦੋਵੇਂ ਮਤਲਬ ਕਿ ਪਿਓ ਪੁੱਤ ਜਾਂ ਮਾਂ ਮਾਂਤੀ ਇਹ ਜਿਹੜਾ ਹੈਗਾ ਟਾਡੇ ਬਰਾਊਨ ਪਲਾਂਟ ਹੋਪਰ ਦੇ ਆਂਡਿਆਂ ਦੇ ਉੱਤੇ ਤੇ ਉਹਦੇ ਨਿੰਫ ਦੇ ਉੱਪਰ ਹਮਲਾ ਕਰਕੇ ਉਹਨਾਂ ਨੂੰ ਖਤਮ ਕਰਦੇ ਐ ਤੇ ਆਪਣੀ ਜਨਸੰਖਿਆ ਵਧਾਉਂਦੇ ਐ ਜਿਸ ਤਰ੍ਹਾਂ ਕਿ ਤੁਸੀਂ ਹੁਣ ਦੇਖ ਰਹੇ ਹੋ ਇਹਨੇ ਪਲਾਂਟ ਬਰਾਊਨ ਬਰਾਊਨ ਪਲਾਂਟ ਹੋਪਰ ਦਾ ਨਿੰਫ ਬੱਚਾ ਮਤਲਬ ਕਿ ਝੋਨੇ ਦਾ ਜਿਹੜਾ ਹੋਪਰ ਹੈਗਾ ਭੂਰਾ ਹੋਪਰ ਹੈ ਜਾਂ ਤੇਲਾ ਉਹਦਾ ਬੱਚਾ ਟਾਇਆ ਹੋਇਆ ਤੇ ਆਪ ਦੇ ਮਾਉਥ ਪਾਰਟ ਉਹਦੇ ਵਿੱਚ ਪਾ ਕੇ ਉਹਦਾ ਸਾਰਾ ਰਸ ਚੂਸ ਰਿਹਾ ਹੈ ਕਹਿਣ ਦਾ ਮਤਲਬ ਇਹ ਹੈਗਾ ਕਿ ਇਹ ਦਿਨ ਰਾਤ ਸਾਡੀ ਸੇਵਾ ਕਰਦੇ ਆ ਤੇ ਜਿਹੜੇ ਤੁਸੀਂ ਕਹਿੰਨੇ ਹੋ ਕਿ ਰਸ ਚੂਸ ਕੇ ਕੀੜੇ ਸਾਡੇ ਤੋਂ ਕੰਟਰੋਲ ਨਹੀਂ ਹੁੰਦੇ ਉਹਨਾਂ ਨੂੰ ਕੰਟਰੋਲ ਕਰਨ ਦੇ ਵਿੱਚ ਇਹ ਸਾਡੀ ਮਦਦ ਕਰਦੇ ਆ ਤਾਂ ਦੋਸਤੋ ਇਹ ਦੂਸਰਾ ਪਾਰਟ ਸੀਗਾ ਇਹਦੇ ਵਿੱਚ ਤੁਸੀਂ ਦੇਖਿਆ ਪlant bug ਤੀਸਰੇ ਪਾਰਟ ਦੇ ਵਿੱਚ ਤੁਹਾਨੂੰ ਹੋਰ ਦੋਸਤ ਕੀੜਿਆਂ ਦੇ ਨਾਲ ਮਿਲਾਵਾਂਗਾ ਇਸ ਕਰਕੇ ਜੋ ਆਪਾਂ ਪਹਿਲਾਂ ਗੱਲ ਕਰਦੇ ਆਂ ਕਿ ਕੁਦਰਤ ਦੇ ਨਿਯਮ ਨੂੰ ਜਾਣੋ ਫਾਲਤੂ ਦੇ ਵੈ ਸੰਥੈਟਿਕ ਜ਼ਹਿਰਾਂ ਨਾ ਪਾਓ ਤਾਂ ਇਹ ਦੋਸਤਾਂ ਦੀ ਸੰਖਿਆ ਤੁਹਾਡੇ ਖੇਤ ਜਿੰਨੀ ਕੋ ਵੱਧ ਜਾਏਗੀ ਕਿ ਦੁਸ਼ਮਨਾ ਨੂੰ ਇਹਨਾਂ ਨੇ ਖੁਦ ਹੀ ਕੰਟਰੋਲ ਕਰ ਲੈਣਾ ਹੈ ਧੰਨਵਾਦ ਦੋਸਤੋ ਵੀਡੀਓ ਚੰਗੀ ਲੱਗੇ ਤੈਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਬਹੁਤ ਬਹੁਤ ਮਿਹਰਬਾਨੀ